ਅੱਜ ਦੀ ਤਰੀਕ ਦਾ ਇੱਕ ਹੋਰ ਬੜਾ ਵੱਡਾ ਇੰਪੋਰਟੈਂਸ ਹੈ। ਅੱਜ 17 ਸਤੰਬਰ ਹੈ ਔਰ ਹਿੰਦੁਸਤਾਨ ਨੂੰ, ਮੈਂ ਤਾਂ ਕਹਾਂਗਾ ਹਿੰਦੁਸਤਾਨ ਨੂੰ ਛੱਡੋ, ਪੂਰੇ ਸੰਸਾਰ ਨੂੰ ਰੱਬ ਨੇ ਇੱਕ ਬਹੁਤ ਵੱਡਾ ਲੀਡਰ, ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ ਨਰਿੰਦਰ ਮੋਦੀ ਜੀ ਦੇ ਰੂਪ ਦੇ ਵਿੱਚ, ਜੋ ਕਿ ਇੱਕ ਵੱਡਾ ਰੋਲ ਨਿਭਾ ਰਹੇ ਨੇ ਸੰਸਾਰ ਦੀ ਪੂਰੀ ਜਿਹੜੀ ਇੱਕ ਸਿਸਟਮ ਹੈ, ਪੋਲੀਟਿਕਸ ਹੈ, ਜੋ ਯੂਨਾਈਟਿਡ ਇੱਕ ਫਰੰਟ ਹੈ, ਜੋ ਆਪਾਂ ਕਹਿੰਦੇ ਹਾਂ ਕਿ ਸਾਰਾ ਸੰਸਾਰ ਇੱਕ ਫੈਮਿਲੀ ਹੈ, ਉਹਦੇ ਵਿੱਚ ਜਿਹੜਾ ਇੱਕ ਵਿਸ਼ਵ ਗੁਰੂ ਦਾ ਰੋਲ ਇੰਡੀਆ ਨਿਭਾ ਰਿਹਾ ਹੈ, ਉਹ ਮੋਦੀ ਜੀ ਦੇ ਕਾਰਨ ਹੈ। ਅੱਜ ਉਹਨਾਂ ਦਾ ਜਨਮ ਦਿਨ ਹੈ। ਮਿੱਤਰੋ, ਪਲੈਟੋ ਨੇ ਅੱਜ ਤੋਂ ਬੜੇ ਹਜ਼ਾਰ ਸਾਲ ਪਹਿਲਾਂ ਕਿੰਗ ਫਿਲਾਸਫਰ ਦੀ ਗੱਲ ਕੀਤੀ ਸੀ ਕਿ ਐਸਾ ਨੇਤਾ ਹੋਣਾ ਚਾਹੀਦਾ ਜਿਹੜਾ ਪੋਲੀਟੀਕਲ ਲੀਡਰ ਵੀ ਹੋਏ ਔਰ ਨਾਲ ਉਹਦੇ ਉਹ ਫਿਲਾਸਫਰ ਵੀ ਹੋਏ। ਫਿਲਾਸਫਰ ਦਾ ਕਹਿਣ ਦਾ ਮਤਲਬ ਹੈ ਜਿਹੜਾ ਗਿਆਨ ਰੱਖਦਾ ਹੋਏ, ਜਿਹਦਾ ਸੰਸਾਰਿਕ ਮੋਹ ਨਾ ਹੋਵੇ, ਜਿਹੜਾ ਇੱਕ ਤਿਆਗੀ ਹੋਵੇ, ਜਿਹੜਾ ਇੱਕ ਕਰਮ ਯੋਗੀ ਹੋਵੇ, ਜਿਹੜਾ ਗਰੀਬਾਂ ਦਾ ਭਲਾਈ ਸੋਚਦਾ ਹੋਵੇ, ਜਿਹੜਾ ਆਮ ਆਦਮੀ ਨੂੰ ਆਪਣੇ ਤੋਂ ਉੱਤੇ, ਦੇਸ਼ ਨੂੰ ਆਪਣੇ ਤੋਂ ਉੱਤੇ ਸੋਚਦਾ ਹੋਵੇ, ਉਹ ਇੱਕ ਕਰਮ ਯੋਗੀ ਹੁੰਦਾ, ਉਹ ਇੱਕ ਕਿੰਗ ਫਿਲਾਸਫਰ ਹੁੰਦਾ। ਉਸੇ ਰੂਪ ਦੇ ਸਾਨੂੰ ਮੋਦੀ ਜੀ ਮਿਲੇ ਨੇ। ਅੱਜ ਉਹਨਾਂ ਦਾ ਜਨਮ ਦਿਨ ਹੈ। ਸਾਰੇ ਪੰਜਾਬ 'ਚ, ਹਿੰਦੁਸਤਾਨ 'ਚ ਖੂਨਦਾਨ ਹੋਏ ਨੇ। ਅਸੀਂ ਖੂਨਦਾਨ ਕਰਕੇ ਅਸੀਸਾਂ ਲਈਆਂ ਨੇ ਕਿ ਬਈ ਮੋਦੀ ਜੀ ਦੀ ਜਿਹੜੀ ਉਮਰ ਹੈ ਉਹ ਲੰਬੀ ਹੋਵੇ, ਉਹਨਾਂ ਦੀ ਸਿਹਤ ਚੰਗੀ ਹੋਵੇ ਔਰ ਉਹ ਹਿੰਦੁਸਤਾਨ ਔਰ ਸੰਸਾਰ ਦੀ ਸੇਵਾ ਕਰਦੇ ਰਹਿਣ।